ਆਵਾਜ਼ ਦਾ ਲਾਈਨ ਭਾਈ ਸਾਰੀ ਆਵਾਮ ਦਾ ਰਾਮਪਾਲ ਸ਼ਰਮਾ ਵੱਲੋਂ ਲੱਖ ਲੱਖ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਆ ਕੇ ਅੱਜ ਦੇ ਜੰਗਲ ਨੂੰ ਚਾਰ ਚੰਦ ਲਾਏ ਨੇ। ਇਹ ਜਿਹੜੇ ਰਾਮਪਾਲ ਸ਼ਰਮਾ ਨੇ ਜੰਮੂ ਕਸ਼ਮੀਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ। ਕਿੰਨਾ ਵੱਡਾ ਰੁਤਬਾ ਮਿਲਿਆ ਤੁਹਾਡੇ ਇਸ ਇਲਾਕੇ। ਵਾਹ ਜੀ ਵਾਹ। ਉਧਰ ਬੜੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਚੱਲਦੀ ਹੈ ਇਹਨਾਂ ਨੌਜਵਾਨਾਂ ਦੇ ਦਰਮਿਆਨ। ਇੱਕ ਪਾਸੇ ਆ ਸਮੇਂ ਤਵੀ ਖੰਨੇ ਵਾਲਾ ਲਾਲ ਗੇੜ ਦੇ ਵਿੱਚ ਪੁਆਇੰਟ ਤੇ ਨਾਲੇ ਸਰਜੀਤ ਵੀ ਰਿਆਸੀ ਵਾਲਾ ਕਾਲੇ ਲੰਗੋਟ ਦੇ ਵਿੱਚ। ਆਓ ਜੀ ਸਮਿਤ ਮੁੰਡੇ ਜਲਦੀ ਮਾਰੀ ਸਾਹਿਬ ਜੀ ਦੂਜੀ ਲਾਦੀ ਜਾਂ ਕੱਲੀ ਕੱਲੀ ਚਲੋ 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 ਤੁਸੀਂ ਜਲਦੀ ਮਾਰੀ ਮਾਗੀ ਹੋ ਗਈ ਫੁੱਲ ਹੋ ਗਈ ਹੋਣੀ ਕੱਲੀ ਬੈਟਰੀ ਫੜਾਓ ਚਾਰਜਰ ਫੇਰ ਲੈ ਜਾਂਦੇ ਚਲੋ 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 ਅਨਿਲ ਬੋਲ ਕੁਸ਼ਤੀ ਇੱਕ ਮਿੰਟ ਦੇ ਰੋਕ ਲੈ ਕੁਸ਼ਤੀ ਨੂੰ ਅਨਿਲ ਵਾਲੀ ਕੁਸ਼ਤੀ ਵੀ ਜਿਹੜੀ 20 ਮਿੰਟ ਬਰਾਬਰ ਹੋਈ ਹੈ ਪੁਆਇੰਟ ਦੇ ਵੀ ਬਰਾਬਰ ਹੋਈ ਹੈ ਔਰ 10 ਮਿੰਟ ਦੀ ਜਿਹੜਾ 1 ਮਿੰਟ ਦਿੰਦਾ ਉਹਦੇ ਵੀ ਬਰਾਬਰ ਹੈ। ਹੁਣ ਟਾਸ ਕੀਤੀ ਜਾਣੀ ਹੈ ਜਿਹੜਾ ਪਹਿਲਵਾਨ ਟਾਸ ਦੇ ਵਿੱਚ ਜਿੱਤੇਗਾ ਉਹ ਜੇਤੂ ਹੈ ਜਿਹੜਾ ਹਾਰ ਗਿਆ ਜਿਹੜਾ ਜਿੱਤਿਆ ਠੀਕ ਹੈ ਆ ਜਾ ਮੈਨੂੰ ਉੱਧਰ ਸੁਣ ਲੈ ਔਰ ਹੁਣ ਟਾਸ ਪਾਈ ਜਾਣੀ ਹੈ ਵੀ ਜਿਹੜਾ ਟਾਸ ਹਾਰ ਗਿਆ ਉਹਨੇ 1 ਮਿੰਟ ਦੇ ਵਿੱਚ ਪੁਆਇੰਟ ਬਣਾਉਣਾ ਠੀਕ ਹੈ ਹਾਂ ਇਹ ਰੂਲ ਠੀਕ ਹੈ ਬਿਲਕੁਲ ਕਿਉਂਕਿ ਅਸੀਂ ਫੈਸਲਾ ਲੈਣਾ ਫੈਸਲਾ ਇਹ ਹੁਣ ਭਾਈ ਇੱਕ ਮਿੰਟ ਬੱਬੇ ਨੇ ਮਨੀਰ ਟਾਸ ਜਿੱਤਿਆ ਬੱਬੇ ਨੇ 1 ਮਿੰਟ ਦੀ ਪੁਆਇੰਟ ਲੈਣਾ ਮਨੀਰ ਕੋਲੋਂ ਨੇਂਦਾ ਹਾਰਿਆ ਜਿੱਤ
ਹਰਜੀਤ ਪਿੱਛ ਪਿੱਛ ਚਲੋ ਹਰਜੀਤ ਹੀ ਹੋ ਨਾ ਇੱਧੇ ਹੀ ਪਿੱਛੇ ਹੋ ਇੱਧੇ ਖਿੱਚਣਾ ਨਹੀਂ ਪਹਿਲਵਾਨ ਨੂੰ ਪਹਿਲਵਾਨ ਦੀ ਇਧਰ ਆ ਜਾਓ ਡਾ ਦੇ ਦਿਓ ਭਾਈ ਸ਼ਿਵਾ ਪਹਿਲਵਾਨ ਮਹਾਰਾਸ਼ਟਰ ਭਾਈ ਸ਼ਿਵਾ ਤੇ ਨਰਿੰਦਰ ਖੰਨਾ ਜਲਦੀ ਆਇਓ ਬੱਚੇ ਫੁੱਲ ਤਿਆਰੀ ਦੇ ਵਿੱਚ ਹੈ ਕਹਿੰਦੇ ਇਸ ਵਾਰੀ ਅਸੀਂ ਵੀ ਰੁਸਤਮਾਂ ਦਾ ਯੁੱਧ ਕਰਵਾਵਾਂਗੇ ਪੱਲੇ ਦੀ ਧਰਤੀ ਤੇ ਨਵਰਾਤਰਿਆਂ ਦੇ ਵਿੱਚ ਜਿਹੜਾ ਉਹ ਲੰਗਰ ਹੋਣਾ ਪੱਲੇ ਦੀ ਧਰਤੀ ਤੇ ਵੱਡੇ ਰੁਸਤਮਾਂ ਦੇ ਯੁੱਧ ਹੋਣਗੇ ਸਾਡੇ ਜਤਿੰਦਰ ਬਾਜੀ ਪੁੱਜੇ ਹੈ ਨਾਲੀ ਨੋਟ ਕਰਿਓ ਵੀ 7 ਤਰੀਕ ਨੂੰ ਜਿਹੜਾ ਲਿੱਤਰ ਨੋਦੀ ਬਰਨਾਲਾ ਦੀ ਧਰਤੀ ਤੇ ਜਿਹੜਾ ਕੁਸ਼ਤੀ ਦੰਗਲ ਹੈ ਉੱਥੇ ਵੀ ਸਾਰੇ ਦਰਸ਼ਕਾਂ ਨੇ ਪੁੱਜਣਾ ਉੱਥੇ ਵੀ ਰੌਣਕਾਂ ਲੱਗਣੀਆਂ ਨੇ ਵੱਧ ਵੱਧ ਧੰਨਵਾਦ ਹੈ ਸਾਰੇ ਦਰਸ਼ਕਾਂ ਦਾ ਪਰ ਉਧਰ ਅੱਜ ਦੀ 2 ਨੰਬਰ ਦੀ ਚੰਡੀ ਜਿਹੜੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ ਇਹਨਾਂ ਮੱਲਾਂ ਦੇ ਦਰਮਿਆਨ ਹੈ ਭਾਈ ਜੰਦਾ ਨੇ ਬੈਠ ਕੇ ਕੁਸ਼ਤੀ ਦਾ ਆਨੰਦ ਮਾਣਨਾ ਇਸ ਤੋਂ ਬਾਅਦ ਸਾਡੇ ਕੋਲ ਸਿਰਫ ਪੱਟੀ ਵਾਲੀ ਦੀ ਕੁਸ਼ਤੀ ਹੋਣੀ ਹੈ ਬਹੁਤ ਵਧੀਆ ਅੱਜ ਜਿਹੜੀਆਂ ਕੁਸ਼ਤੀਆਂ ਹੋਈਆਂ ਨੇ ਜਿੰਨੀ ਵੀ ਮੁਕਾਬਲੇ ਹੋਏ ਨੇ ਜੰਮੂ ਦੇ ਪੰਜਾਬ ਦੇ ਹੋਏ ਨੇ ਜਿੰਨੀ ਵੀ ਮੁਕਾਬਲੇ ਹਨ ਜੰਮੂ ਦੇ ਪੰਜਾਬ ਦੇ ਹੋਏ ਨੇ ਉਧਰ ਬਹੁਤ ਵਧੀਆ ਕੁਸ਼ਤੀ ਹੋਈ ਹੈ ਵਿਕਾਸ ਡੇਰਾ ਬਾਬਾ ਨਾਨਕ ਦੇ ਬਰੇਫਾਨ ਬਸੰਤਗੜ ਉਧਰ ਸਾਡਾ ਮਹਾਮਤ ਮੇਲ ਵਾਲਾ ਉਹਨਾਂ ਨੇ ਬਹੁਤ ਵਧੀਆ ਕੁਸ਼ਤੀ ਦਿਖਾਈ ਹੈ ਬੱਬੇ ਦੇ ਮਨੀਰ ਦੇ ਦਰਮਿਆਨ ਵੀ ਜਿਹੜਾ ਮਾਂ ਜੁੱਧ ਹੋਇਆ
ਦਲੇਰ ਖਾਨ ਨੇ ਬਹੁਤ ਵਧੀਆ ਕੁਸ਼ਤੀ ਦਿਖਾਈ ਹੈ। ਭਾਈ ਅਰਜੁਨ ਬਜਰੰਗੀ ਤੇ ਨਾਲ ਜਰਨੇਲ ਰਿਆਸੀ ਉਹ ਵੀ ਬਹੁਤ ਵੱਡੀ ਕੁਸ਼ਤੀ ਹੋਈ ਹੈ। ਵਾਹ ਵੀ ਹਰ ਨਾਲੇ ਨੋਟ ਕਰੇ ਵੀ ਜਿਹੜਾ ਅਗਲੇ ਸਾਲ ਨੂੰ ਡੋਰੀ ਟਿਕੇਰ ਦੀ ਧਰਤੀ ਤੇ ਜਿਹੜਾ ਕੁਸ਼ਤੀ ਦੰਗਲ ਹੋਣਾ ਜਿੱਥੇ ਕਿ 10 ਵੱਡੇ ਰੁਸਤਮ ਪੁੱਜਣੇ ਕਿ 10 ਮਰਾਠੇ ਪੁੱਜਣੇ ਮਹਾਰਾਸ਼ਟਰ ਤੋਂ ਔਰ ਵੱਡੇ ਲੈਵਲ ਦਾ ਇੱਕ ਕੁਸ਼ਤੀ ਦੰਗਲ ਹੋਣਾ ਜਿੱਥੇ ਜੱਸਾ ਪੱਟੀ ਭਵਿੰਦਰ ਅਜਨਾਲਾ ਪ੍ਰਿਤਪਾਲ ਫਗਵਾੜਾ ਔਰ ਵੀ ਵੱਡੇ ਹਿੰਦੁਸਤਾਨ ਦੇ ਜਿਹੜੇ ਚੋਟੀ ਦੇ ਮਲ ਪੁੱਜਣੇ ਆ ਔਰ ਮਹਾਰਾਸ਼ਟਰ ਤੋਂ ਜਿਹੜੇ ਮਰਾਠੇ ਪੁੱਜਣੇ ਆ ਦਰਸ਼ਕੋ ਡੋਰੀ ਡਿਗੇਰ ਦਾ ਅਗਲੇ ਸਾਲ ਦਾ ਜਿਹੜਾ ਕੁਸ਼ਤੀ ਦੰਗਲ ਹੋਣਾ ਵਾਕਈ ਹੁਣ ਕਹਿੰਦੇ ਵੱਡੀਆਂ ਗੱਲਾਂ ਨੇ ਹੁਣ ਬਾਤਾਂ ਵੱਖਰੀਆਂ ਨੇ ਮੈਦਾਨ ਦੇ ਵਿੱਚ ਉਧਰ ਅੱਜ ਦੀ 2 ਨੰਬਰ ਦੀ ਝੰਡੀ ਚੱਲਦੀ ਹੈ ਇੱਕ ਪਾਸੇ ਆ ਵਿਜੇਪੁਰ ਵਾਲਾ ਰਸ਼ੀਦ ਹੈ ਤੇ ਦੂਜੇ ਪਾਸੇ ਚੰਦਨ ਹੈ ਮੋਹਾਲੀ ਵਾਲਾ ਪੰਜਾਬ ਦੀ ਧਰਤੀ ਦਾ ਗੱਭਰੂ ਹੈ ਕਹਿੰਦਾ ਧਰਤੀ ਤੇ ਇਸ ਪੰਜਾਬ ਦੀ ਉਹ ਜਿੱਥੇ ਪੰਜਾਂ ਦਰਿਆਵਾਂ ਨੇ ਜਾਲ ਬੰਨਿਆ ਉਸ ਧਰਤੀ ਦੀ ਕੁੱਖ ਵਿੱਚੋਂ ਮੈਂ ਜੰਮਿਆ ਜਿੱਥੇ ਉੱਗਦੀ ਹੈ ਸੋਨਾ ਵੀ ਜ਼ਮੀਨ ਜੱਟੀਏ ਨੀਵੇਂ ਪੁੱਤ ਹਾਂ ਪੰਜਾਬ ਦਾ ਸ਼ਕੀਨ ਜੱਟੀਏ ਪਰ ਦੂਜੇ ਪਾਸੇ ਵੀ ਆ ਜੰਮੂ ਵਾਲਾ ਰਸ਼ੀਦ ਹੈ ਵਿਜੇਪੁਰ ਵਾਲਾ ਰਸ਼ੀਦ ਹੈ ਚਿੱਟੇ ਲੰਗੋਟੇ ਵਿੱਚ ਚਲੋ ਵੀ ਚਲੋ ਚਲੋ ਹਾਂਜੀ ਭਾਈ ਕੋਈ ਵੀ ਪਹਿਲਵਾਨ ਦੱਸ ਸਕਦਾ ਕਿ ਮੇਰੀ ਕੁਸ਼ਤੀ ਨਹੀਂ ਹੋਈ ਮੈਂ ਕਹਿੰਦਾ 5 ਸਾਲ ਤੋਂ ਲੈ ਕੇ 40 ਸਾਲ ਤੱਕ ਕੋਈ ਵੀ ਪਹਿਲਵਾਨ ਦੱਸ ਸਕਦਾ ਜਿਹਦੀ ਕੁਸ਼ਤੀ ਨਹੀਂ ਹੋਈ ਭਾਈ ਜਿਹੜਾ ਮੱਲੇ ਦੇ ਵਿੱਚ ਦੰਗਲ ਹੋਣਾ ਉੱਥੇ ਮੇਜਰ ਪਹਿਲਵਾਨ ਡੇਰਾ ਬਾਬਾ ਨਾਨਕ ਬੁਜਰਿਆ ਭਾਈ ਸਰਦਾਰ ਕਮਲਜੀਤ ਸਿੰਘ ਸੋਨੂ ਪਹਿਲਵਾਨ ਕਾਂਗੜਾ ਹੋਰ ਵੀ ਜਿਹੜੇ ਨਵੇਂ ਪਹਿਲਵਾਨ ਮੱਲੇ ਦੀ ਧਰਤੀ ਤੇ ਗੁਜਰੇ ਨੇ ਭਾਈ ਬਹੁਤ ਵਧੀਆ ਇੱਧਰ ਚੜ ਗਏ ਝੰਡੀ ਭਾਈ ਇੱਧਰ ਅਬੂ ਬਕਰ ਬਿਲਕੁਲ ਲੰਗੋਟਾ ਪਾ ਕੇ ਨੀ ਕੈਪ ਪਾ ਕੇ ਕਹਿੰਦਾ ਕੋਈ 3 ਸਾਲ ਦਾ ਜਾਂ 4 ਸਾਲ ਦਾ ਬੱਚਾ ਹੈ ਜਿਹਨੇ ਮੇਰੇ ਨਾਲ ਘੁਲਣਾ ਹੈ ਕੋਈ ਲੜਨ ਵਾਲਾ ਬਿਲਕੁਲ ਤਿਆਰ ਹੈ ਲੰਗੋਟਾ ਪਾ ਕੇ ਆਇਆ ਕਹਿੰਦਾ ਕੋਈ 3 ਸਾਲ ਦਾ ਬੱਚਾ ਦੇਖੋ ਮੈਨੇ ਕੁਸ਼ਤੀ ਕਰਨੀ ਹੈ ਵਾਕਿਆ ਪਿਆਰ ਦੀ ਗੱਲ ਹੈ ਸ਼ੌਂਕ ਦੀ ਗੱਲ ਇਹਨਾਂ ਦੇ ਫਾਦਰ ਸਾਹਿਬ ਪੁੱਜੇ ਕਿਉਂ ਜੀ ਵਾਕਿਆ ਕੁਸ਼ਤੀ ਨੂੰ ਪਿਆਰ ਕਰਦੇ ਆ ਔਰ ਆਪਣੇ ਬੱਚਿਆਂ ਨੂੰ ਵਧੀਆ ਜਿਹੜੀ ਸਿੱਖਿਆ ਦਿੰਦੇ ਆ ਜ਼ਰੂਰ ਆਪਣੇ ਬੱਚਿਆਂ ਨੂੰ ਤੁਸੀਂ ਵੀ ਸਪੋਰਟਸ ਦੇ ਨਾਲ ਜੋੜੋ ਕਿਸੇ ਵੀ ਗੇਮ ਦੇ ਨਾਲ ਜ਼ਰੂਰੀ ਨਹੀਂ ਬਈ ਕੁਸ਼ਤੀ ਦੇ ਨਾਲ ਕਿਸੇ ਵੀ ਸਪੋਰਟਸ ਦੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਜੋੜ ਸਕਦੇ ਹੋ ਕਿਉਂਕਿ ਜੇ ਨਸ਼ੇ ਪੱਤੇ ਤੋਂ ਆਪਾਂ ਨੇ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਆਪਣੇ ਦੇਸ਼ ਨੂੰ ਆਪਣੇ ਇਲਾਕੇ ਨੂੰ ਤਾਂ ਜ਼ਰੂਰ ਇਹਨਾਂ ਗੇਮਾਂ ਵੱਲ ਜ਼ਰੂਰ ਧਿਆਨ ਦਿਓ ਕਹਿੰਦਾ ਰੰਗਲੇ ਹਿੰਦੁਸਤਾਨ ਨੂੰ ਲੱਗੀ ਬੁਰੀ ਹੈ ਨਜ਼ਰ ਉਹ ਕੋਈ ਨਹੀਂ ਸਿਆਣਿਆਂ ਦੀ ਇੱਥੇ ਕਾਰ ਦਾ ਕਦਰ ਕਹਿੰਦਾ ਬੇੜਾ ਹੈ ਜਵਾਨੀ ਦਾ ਪੁਠਾਤਾ ਚਿੱਟੇ ਨੇ ਉਹ ਖੋਖਲਾ ਜਵਾਨੀ ਨੂੰ ਬਣਾਤਾ ਚਿੱਟੇ ਨੇ ਕਿ ਮੁੰਡਿਆਂ ਦੇ ਚਿਹਰਿਆਂ ਤੋਂ ਉੱਡੇ ਰੰਗ ਨੇ ਸੜਕਾਂ ਤੇ ਵੇਖੋ ਬਣੀ ਜਾਂਦੇ ਭੰਗ ਨੇ ਕਹਿੰਦਾ ਘਰ ਘਰ ਨਸ਼ੇ ਨੇ ਤਬਾਹ ਹੋ ਗਏ ਚੜ੍ਹਦੀ ਜਵਾਨੀ 'ਚ ਸਵਾਹ ਹੋ ਗਏ ਸ਼ੇਰੇ ਗਹਿਲ ਮਜ਼ਾਰੀ ਬਣੇ ਬਾਂਗ ਮੁੱਤਾਂ ਨੇ ਮਾਪਿਆਂ ਨੂੰ ਰੁਲਤ ਅੱਜ ਦੇ ਨੇ ਸ਼ੇੜੀ ਪੁੱਤਾਂ ਨੇ ਟਾਈਮ ਲਾਇਆ ਸਿੱਧੀ ਦਾ ਨਹੀਂ ਕੁਸ਼ਤੀ ਦਾ
ਯਾਰ ਮੈਂ ਪੁੱਛ ਲੈਣ ਤੋਂ ਪਹਿਲਾਂ ਕਮੇਟੀ ਨੂੰ ਮੈਂ ਪੁਆਇੰਟ ਕਿੱਦਾਂ ਬੋਲਦਾ ਸਾਹਿਲ ਭਾਜੀ, ਇਹਨਾਂ ਦਾ ਲਾਇਆ ਕੋਈ ਟੈਂਟ ਹੋਵੇ? ਬਾਈ ਕਿੱਧਰ ਦੱਸੋ ਟਾਈਮ, ਮਨੀਸ਼ ਕਿੱਧਰ ਟਾਈਮ, ਕਿਹੜੇ ਲਾਇਆ ਬਾਈ ਟਾਈਮ? ਰਾਬੜੀ ਤੁਹਾਡੇ ਕੋਲ ਟਾਈਮ ਲੱਗਿਆ? ਰਾਬੜੀ ਸਾਹਿਬ ਮਨੀਸ਼ ਟਾਈਮ ਲਾਇਆ 10 ਮਿੰਟ ਹੋਈ ਰਾਬੜੀ ਕਿੱਦਾਂ 10 ਮਿੰਟ ਹੋਈ ਹੈਲੋ ਬਾਈ ਮਨੀਸ਼, ਚਲੋ ਰੈਫਰੀ 10 ਮਿੰਟ ਕਹਿੰਦੇ ਆ, ਠੀਕ ਹੈ ਚਲੋ ਯਾਰ ਇੱਧਰ ਗੱਲ ਕਰੋ ਬਾਈ ਮਨੀਸ਼ ਅਸਰ ਜੀ, ਬਾਈ ਦਾਸ ਬਾਤ ਨਹੀਂ ਕਰ ਰਹੀ, ਇੱਧਰ ਇੱਧਰ ਕੀ ਹੈ ਸਰਜੀਤ? ਇੱਧਰ ਆ ਜਾ ਮਨੀਸ਼, ਮਨੀਸ਼ ਪਹਿਲਵਾਨ ਬਾਈ ਕੁਸ਼ਤੀ ਲੜਨੀ ਤੋਂ ਬੀਚ ਆ ਜਾ, ਨਹੀਂ ਤਾਂ ਕੁਸ਼ਤੀ ਯਾਰ ਤੁਸੀਂ ਬਾਈ ਯਾਰ ਟਾਈਮ ਵਾਲਾ ਕੀ ਚੱਕਰ ਹੈ, ਲੜੋ ਤੁਸੀਂ, ਕਮੇਟੀ ਨੇ ਵੀ ਪੈਸੇ ਦੇਣੇ ਆ, ਕੁਸ਼ਤੀ ਦਿਖਾਓ, ਬਾਰ ਬਾਰ ਇੱਧਰ ਦੌੜ ਕੇ ਆਉਂਦੇ, ਟਾਈਮ ਦਿਖਾਓ ਟਾਈਮ। ਕਮੇਟੀ ਨੇ ਡਿਸਾਈਡ ਕਰਨਾ ਬਈ ਕਿੰਨਾ ਸਮਾਂ ਆ, ਤੁਸੀਂ ਇੱਧਰ ਆ ਕੇ ਬਾਰ ਬਾਰ ਕਹਿੰਦੇ ਹੋ ਵੀ 10 ਮਿੰਟ ਹੋਏ 20 ਮਿੰਟ, ਹਾਂ ਚਲੋ ਵੀ ਚਲੋ ਲੜੋ ਤੁਸੀਂ ਟਾਈਮ, ਅਸੀਂ ਦੱਸ ਦਾਂਗੇ। ਪਹਿਲਵਾਨ ਜੀ ਵਿੱਚੋ, ਹਾਂ 5 ਮਿੰਟ ਦਾ ਸਮਾਂ ਹੋ ਰਿਹਾ, ਚਲੋ ਸਰਜੀਤ 5 ਮਿੰਟ ਦਾ ਸਮਾਂ ਹੈ। ਬਈ ਰੈਫਰੀ ਸਾਹਿਬ ਮੈਂ 100 ਵਾਰੀ ਕਿਹਾ ਟਾਈਮਰ ਲਾ ਲਓ ਤੁਸੀਂ ਫੋਨ ਤੇ, ਟਾਈਮ ਲੈ ਅਨਿਲ, ਪਰ ਫਿਰ ਇੱਧਰ ਕੀ ਲੜ, ਦੋ ਰੈਫਰੀ ਉਹਨਾਂ ਨਾਲ ਗੱਲ ਕਰੋ, ਇੱਧਰ ਆ ਕੇ ਬਾਰ ਬਾਰ ਤੰਗ ਕਰਦੇ ਆ ਪਹਿਲਵਾਨ। ਯਾਰ ਤੁਸੀਂ ਵੱਡੇ ਪਹਿਲਵਾਨ ਹੋ, ਇਸੇ ਕਰਕੇ ਅਸੀਂ ਪਹਿਲਾਂ ਤਾਂ ਤੁਹਾਨੂੰ 100-100 ਬਾਜਾਂ ਮਾਰ ਕੇ ਅਖਾੜੇ ਵਿੱਚ ਬੁਲਾਇਆ, ਫਿਰ ਤੁਸੀਂ 5 ਮਿੰਟ ਲੜ ਕੇ ਕਹਿੰਦੇ ਹੋ ਟਾਈਮ 20 ਮਿੰਟ ਹੋ ਗਿਆ। ਇਹ ਜੰਗਲ ਹੈ, ਇਹਦੇ ਵਿੱਚ 15 ਨਹੀਂ 20 ਤੋਂ 25 ਵੀ ਹੋ ਸਕਦਾ, ਜਿਹਨੇ ਪੈਸੇ ਦੇਣੇ ਆ ਉੱਥੇ ਮਿੰਟ 20 ਵੀ ਲੱਗ ਸਕਦੇ ਆ, 25 ਵੀ ਲੱਗ ਸਕਦੇ ਆ, ਰਿਜ਼ਲਟ ਲੈਣਾ ਕੁਸ਼ਤੀਆਂ ਦਾ, ਤੁਸੀਂ ਕੁਸ਼ਤੀਆਂ ਦਿਖਾਓ, ਵਾਕਈ ਉਹ ਕਮੇਟੀ ਨੇ ਡਿਸਾਈਡ ਕਰਨਾ ਕਿੰਨਾ ਸਮਾਂ ਦੇਣਾ ਹੈ, ਵਾਕਈ ਸਮਾਂ ਜਿਹੜਾ ਬੀਤਾ ਜਾਂਦਾ ਹੈ ਕੁਸ਼ਤੀ ਮੈਦਾਨ ਦੇ ਵਿੱਚ। ਹੋ ਬੱਲੇ 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 ਬੱਲੇ, ਅਯੋ ਰਿਸ਼ਾ ਵਾ ਬਾਈ ਵਾ, ਹੋ ਤਾੜੀਆਂ ਲਾ ਦੇ ਬਣਿਆ ਦੇ, ਤਾੜੀ ਜ਼ੋਰਦਾਰ ਲਾ ਦੇ ਬੱਲੇ, ਹੋ ਬੱਲੇ ਅਯੋ ਰਿਸ਼ਾ ਅਦਰ ਰਸ਼ੀਦ ਭਰਿਆ ਹੋਇਆ ਤੌਰ ਤੇ ਬੇਟਾ, ਵਿੱਚ 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 ਹੋ ਬੱਲੇ 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 ਖਾਣੀ ਮਾਰ ਵੀ ਮਣਦੀ, ਜਦ ਹੋਵੇ ਧੌਣ ਤੇ ਗੋਡਾ ਯਾਰੋ
ਅੱਖਰ ਲੱਗੇ ਜਿਵੇਂ ਤਲਵਾਰ ਚੜ ਗਈ। ਇੱਕ ਮਿੰਟ ਦਾ ਸਮਾਂ ਹੋਇਆ ਤੇ ਹਾਂ ਭਾਈ ਇੱਕ ਮਿੰਟ ਦਾ ਸਮਾਂ ਸਮਾਪਤ ਚਾਰ ਕਾਢੋ ਸਾਹ ਜੀ ਤੇਰੇ ਟਾਈਮਰ ਲੱਗਿਆ ਹੋਇਆ ਜੇ ਕੁਸ਼ਤੀ 10 ਸੈਕਿੰਡ ਦੇ ਲਈ ਵੀ ਰੁਕੀ ਨਾ ਇੱਧਰ ਟਾਈਮਰ ਰੁਕ ਜਾਣਾ ਹੁਣ 5 ਮਿੰਟ ਕਿੱਦਾਂ ਨਿਕਲੇ ਆ ਵਾਕਈ 5 ਮਿੰਟ ਪੂਰੇ ਇੱਕ ਇੱਕ ਸੈਕਿੰਡ ਦਾ ਹਿਸਾਬ ਲੈਣਾ ਹੋ ਬੱਲੇ ਹੋ ਬੱਲੇ 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 ਆਦਰ ਸਰਜੀਤ ਆ ਗਿਆ ਮੈਦਾਨ ਦੇ ਵਿੱਚ ਵਾਕਈ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦੇ ਦਰਮਿਆਨ ਹੈ ਅਨਿਲ ਹਾਂਜੀ ਹਾਂਜੀ ਭਾਈ ਪਹਿਲਵਾਨ ਇੱਕ ਚੀਜ਼ ਨੋਟ ਕਰ ਦਿਓ ਟੀਸ਼ਰਟਾਂ ਖੋਲ ਕੇ ਇੱਕ ਫੋਟੋ ਕਰਵਾਈ ਜਾਣੀ ਹੈ ਮੱਲਾਂ ਨੂੰ ਆਸ਼ੀਰਵਾਦ ਦਿੱਤਾ ਜਾਣਾ ਸਾਡੀ ਦੰਗਲ ਕਮੇਟੀ ਸਾਡੀ ਐਸੋਸੀਏਸ਼ਨ ਦੀ ਪੂਰੀ ਟੀਮ ਪੁੱਜੀ ਆ ਉਹਨਾਂ ਵੱਲੋਂ ਹਾਂ ਬਿਲਕੁਲ ਨਵੀਂ ਕੁਸ਼ਤੀ ਹੈ ਇਹਨਾਂ ਮੱਲਾਂ ਦੇ ਦਰਮਿਆਨ ਵਿਕਰਮ ਕੋਲ ਸਾਹਿਬ ਇਹਨਾਂ ਦਾ ਕਿੰਨਾ ਸਮਾਂ ਹੋ ਗਿਆ 13 ਮਿੰਟ ਦਾ ਜਿਹੜਾ ਸਮਾਂ ਬੀਤਿਆ ਨੇ ਰਿਸ਼ੀ ਵਾਲੀ ਕੁਸ਼ਤੀ ਦਾ ਬੜਾ ਵਧੀਆ ਅੱਜ ਦੀ ਜਿਹੜੀ ਕਿ ਇੱਧਰ ਤ੍ਰਿਲਣ ਵਾਲੀ ਕੁਸ਼ਤੀ ਲੱਗੀ ਹੈ ਉੱਧਰ ਦੋਲਣ ਵਾਲੀ ਕੁਸ਼ਤੀ ਲੱਗੀ ਹੈ ਹਾਲਾਂ ਜਿਹੜੀ ਕਿ ਵੱਡੀ ਮਾਲੀ ਦੀ ਕੁਸ਼ਤੀ ਪਿੱਛੇ ਸਾਰੀ ਜਨਤਾ ਨੇ ਭਾਈ ਮਾਲੀ ਦੀ ਕੁਸ਼ਤੀ ਦੇਖ ਕੇ ਜਾਣਾ ਰਸ਼ੀਦ ਅਲੀ ਕੁਸ਼ਤੀ ਦਾ 13 ਮਿੰਟ ਦਾ ਜਿਹੜਾ ਸਮਾਂ ਬੀਤਿਆ ਔਰ 7 ਮਿੰਟ ਜਿਹੜੇ ਕੁਸ਼ਤੀ ਦੇ ਬਾਕੀ ਹੈ ਔਰ ਅੱਜ ਦਾ ਜਿਹੜਾ ਫਾਈਨਲ ਮੁਕਾਬਲਾ ਸ਼ਿਵਾ ਪਹਿਲਵਾਨ ਮਹਾਰਾਸ਼ਟਰ ਨਰਿੰਦਰ ਪਹਿਲਵਾਨ ਖੰਨਾ ਆ ਜਾਣ ਦੋਵੇਂ ਮੱਲ ਆ ਜਾਓ ਸਟੇਜ ਦੇ ਸਾਹਮਣੇ ਹਾਂਜੀ ਸਾਡੇ ਪੰਡਿਤ ਸ਼ਿਵ ਕੁਮਾਰ ਸ਼ਰਮਾ ਜੀ ਕਟਰਾ ਵਾਲੇ ਜਿਹੜੇ ਕਿ ਜੈਂਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਜਿਹੜੇ ਕਿ ਵੱਡੀ ਮਾਲੀ ਦਾ ਕੋਰਜ ਲੈ ਕੇ ਅਖਾੜੇ ਦੇ ਵਿੱਚ ਪੁੱਜੇ ਨੇ ਹੈਲੋ ਆ ਜਾਓ ਸਾਡੀ ਪੂਰੀ ਦੰਗਲ ਕਮੇਟੀ ਆ ਜਾਏ ਡਾਕਟਰ ਸਾਹਿਬ ਸਾਡੇ ਸਾਹਿਤ ਬਾਜੀ ਔਰ ਪੂਰੀ ਦੰਗਲ ਕਮੇਟੀ ਆ ਜਾਓ ਸਾਡੇ ਇੱਕ ਮਿੰਟ ਲਾਸਟ ਮਿੰਟ ਦਾ ਸਮਾਂ ਬਾਕੀ ਹੈ ਸਮਿਤ ਦੇ ਸਬਜ਼ੀ ਵਾਲੀ ਹਾਂ ਵਿੱਕੀ ਬਾਜੀ ਸੁਨਾਲ ਵਾਲੇ ਤੁਸੀਂ ਵੀ ਆ ਜਾਓ ਕੋਈ ਯਾਦਗਿਰੀ ਤਸਵੀਰ ਕਰਵਾਈ ਜਾਣੀ ਹੈ ਆ ਜਾਓ ਚਲੋ ਨਰਿੰਦਰ ਸ਼ਿਵੇ ਆ ਜਾਓ ਦੋਨੇ ਮੱਲ ਆ
ਅੱਜ ਆ ਜਾਓ ਡਾਕਟਰ ਸਾਹਿਬ ਸਾਡੇ ਡਾਕਟਰ ਸਤਪਾਲ ਵਰਮਾ ਜੀ ਸਾਹਿਲ ਭਾਜੀ ਅੱਜ ਆ ਜਾਓ ਸਾਡੇ ਵਿੱਕੀ ਜੀ ਸੁਨੈਲ ਵਾਲੇ ਚਲੋ ਚਲੋ ਇੱਕ ਯਾਦਗਾਰੀ ਤਸਵੀਰ ਕਰਵਾ ਲਿਓ ਕਿਉਂਕਿ ਅਗਲੇ ਸਾਲ ਨੂੰ ਇਸੇ ਧਰਤੀ 'ਤੇ ਆਪਾਂ ਮਿਲਾਂਗੇ ਬਾਕੀ ਜਿੰਨੇ ਵੀ ਸਾਡੇ ਕਮੇਟੀ ਮੈਂਬਰ ਹੈ ਸਾਡੇ ਬਜ਼ੁਰਗ ਆ ਜਾਓ ਤੁਸੀਂ ਵੀ ਇੱਕ ਯਾਦਗਾਰੀ ਤਸਵੀਰ ਕਰਵਾ ਲਿਓ ਕਿਉਂਕਿ ਅੱਜ ਦਾ ਜਿਹੜਾ ਫਾਈਨਲ ਮੁਕਾਬਲਾ ਨਰਿੰਦਰ ਤੇ ਸ਼ਿਵਾ ਉਧਰ ਸਾਡੀ ਐਸੋਸੀਏਸ਼ਨ ਦੀ ਪੂਰੀ ਟੀਮ ਹੈ ਸਾਡੇ ਸਮਾ ਸਮਾਪਤ ਪੁਆਇੰਟ ਪੁਆਇੰਟ ਤੇ ਆਉਣ ਦੋਸਤੀ ਬਈ ਸਾਡੇ ਰਾਮਪਾਲ ਸ਼ਰਮਾ ਜੀ ਸਾਡੇ ਪੰਡਿਤ ਸ਼ਿਵ ਕੁਮਾਰ ਸ਼ਰਮਾ ਜੀ ਸਾਡੇ ਪੱਪੂ ਲੱਕੜੀ ਜੀ ਸਾਹਿਲ ਭਾਜੀ ਡਾਕਟਰ ਸਤਪਾਲ ਵਰਮਾ ਜੀ ਸਾਡੇ ਅੱਜ ਡਾਕਟਰ ਜੀ ਵਿੱਕੀ ਜੀ ਸੁਨੈਲ ਵਾਲੇ ਨਾਲ ਹੀ ਸਾਡੇ ਜਿੰਨੇ ਵੀ ਜੰਗਲ ਕਮੇਟੀ ਦੇ ਮੈਂਬਰ ਹੈ ਸਾਰਿਆਂ ਦਾ ਵਾਕਿਆ ਇੱਕ ਫੋਟੋ ਕਰਵਾਇਆ ਜਾਣਾ ਯਾਦਗਿਰੀ ਤਸਵੀਰ ਕਹਿੰਦਾ ਨੇਰੀਆਂ ਵੀ ਆਉਂਦੀਆਂ ਤੂਫਾਨ ਚਲੇ ਜਾਂਦੇ ਨੇ ਔਰ ਯਾਦਾਂ ਰਹਿ ਜਾਂਦੀਆਂ ਇਨਸਾਨ ਚਲੇ ਜਾਂਦੇ ਨੇ ਵਾਕਈ ਉਧਰ ਮੈਦਾਨ ਦੇ ਵਿੱਚ ਰਸ਼ੀਦ ਰਸ਼ੀਦ ਮੈਦਾਨ ਦੇ ਵਿੱਚ ਉੱਪਰਲੇ ਪਾਸੇ ਹੈ ਵਾਕਈ ਚੋਰ ਤੇ ਜਾਨ ਪੂਰੀ ਲੱਗੀ ਹੋਈ ਹੈ ਚਲੋ 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 ਰਸ਼ੀਦ ਤੇ ਜਿੱਤਣ ਵਾਲੇ ਮਾਲ ਨੂੰ ਵਾਕਿਆ ਉਧਰ ਸਾਡੇ ਕੱਲੀ ਕਰਾਉਣੀ ਹੈ ਅੱਜ ਦਾ ਫਾਈਨਲ ਮੁਕਾਬਲਾ ਨਰਿੰਦਰ ਤੇ ਸ਼ਿਵਾ ਬਈ ਟੋਲੀ ਸ਼ੁਰੂ ਕਰਾਉਣੀ ਵੱਡੀ ਕੱਲੀ ਹਾਂ ਚਲੋ ਚਲੋ ਸੁਰਜੀਤ ਵਾਹ ਵੀਰਾ ਉਧਰ ਵੀ ਬੜੀ ਵਧੀਆ ਤੁਸੀਂ ਬੱਲੇ 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 ਵਾਹ ਵੇ ਵਾਹ ਵੇ ਵਿੱਕੀ ਭਾਜੀ ਇਸ ਕੁਸ਼ਤੀ ਦਾ